elecciones, democracia, es la pura opinión de la manada. Pero así elecciones, Supreme Court ya tiene ni pay, que Maharaj, sale por ver manicaro, elecciones de la democracia. Elecciones de Aini Akunda, elecciones de Constitution Writer, democracia. ਤੇ ਇਹ ਬੜਾ ਦੁੱਖ ਹੋਇਆ ਸੁਣਿਆ ਕਿ ਜਿਹਦੇ ਇਹਨੇ ਹਰ ਵਾਰੀ ਆਖਣਾ ਕਿ ਐਪਰੋਪਰੀਏਟ ਟਾਈਮ ਉਹ ਜਿਹੜੇ ਅੰਗਰੇਜ਼ੀ ਪੜ੍ਹਨੇ ਵਾਲੇ ਬੜੇ ਲੋਕ ਗਏ ਮੈਂ ਇਹਨੇ ਪੁੱਛਿਆ ਜਿਹੜਾ ਐਪਰੋਪਰੀਏਟ ਟਾਈਮ ਹੁੰਦਾ ਕਿ ਕਦੋਂ ਹੁੰਦਾ ਉਹ ਖੈਰ ਜਿਹਦੇ ਸੁਪਰੀਮ ਕੋਰਟ ਨੇ ਆਖਿਆ ਕਿ ਇਲੈਕਸ਼ਨ ਅੱਜ ਹੋ ਰਹੀ ਹੈ ਸ਼ੁਕਰ ਹੈ ਪਰਮਾਤਮਾ ਦਾ ਸੁਪਰੀਮ ਕੋਰਟ ਦਾ ਸ਼ੁਕਰ ਹੁਣ ਇੱਥੇ ਜੰਮੂ ਕਸ਼ਮੀਰ 'ਚ ਇੰਡੀਆ ਅਲਾਇੰਸ ਬਣ ਜਾਂਦਾ ਕਾਂਗਰਸ ਦਾ ਅਤੇ ਨੈਸ਼ਨਲ ਕਾਨਫਰੰਸ ਦਾ ਸਮਝੌਤਾ ਹੋ ਜਾਂਦਾ ਉਹ ਰੋਜ਼ ਇਹਨਾਂ ਸਮਝੌਤਾ ਇਸ ਕਰੀ ਹੋਇਆ ਕਿ ਐਸੀਆਂ ਤਾਕਤਾਂ ਜਿਹੜੀਆਂ ਦੇਸ਼ ਦੀ ਕਮਜ਼ੋਰ ਕਰਾ ਰਹੀਆਂ ਐਸੀਆਂ ਤਾਕਤਾਂ ਜਿਹੜੀਆਂ ਜੰਮੂ ਕਸ਼ਮੀਰ ਦੀ 10 ਸਾਲ ਵੰਚਿਤ ਰੱਖਿਆ ਜਿਹੜੇ ਇਲੈਕਸ਼ਨ ਕੋਲਾ ਅੱਜ ਦਾ ਸਾਹਮਣਾ ਜੰਮੂ ਦੇ ਲੋਕਾਂ ਦਾ ਕੀ ਕਸੂਰ ਆ ਕਿ ਤੁਸੀਂ ਉਹਨੇ 10 ਸਾਲ ਬੱਚੇ ਦੇ ਇਲੈਕਸ਼ਨ ਕੋਲਾ ਇਹ ਉਹਨੇ ਅੱਜ ਪੁੱਛਣਾ ਚਾਹੀਦਾ ਤੁਹਾਡੇ ਕੋਲ ਦੌਰਾਨ ਜ਼ਰੂਰ ਸਵਾਲ ਕਰਨਾ ਚਾਹੀਦਾ ਉਹ ਸਾਰਾ ਦੋਸ਼ ਕਿਹਾ ਉਹਨੇ 219 'ਚ ਢਾਈ ਉੜਿਆ ਆਪਣਾ 370 ਬੜੇ ਟੋਲ ਬੱਚੇ ਲੋਕਾਂ ਬਣਾਈਆਂ ਵੱਡੀਆਂ ਅਸੀਂ ਉਹਨੇ ਸੋਚਿਆ ਕਿ ਸ਼ਾਇਦ ਅਸ ਵੀ ਗਲਤ ਹੈ ਤਾਂ ਇਹ ਹਾਲ ਪਰ ਅਸੀਂ ਇਹ ਨਹੀਂ ਪਤਾ ਕਿ ਕੱਲ੍ਹ ਲੋਕਾਂ ਇਹਦੇ ਪਰ ਕੀ ਇਲੈਕਸ਼ਨ ਅੱਜ ਲੋਕਾਂ ਨੂੰ ਪਤਾ ਲੱਗਦਾ ਕਿ ਉਹਦਾ ਰੋਜ਼ਗਾਰ ਖਤਰੇ 'ਚ ਅੱਜ ਪਤਾ ਲੱਗਦਾ ਕਿ ਉਹਦੀ ਜ਼ਮੀਨਾਂ ਖਤਰੇ 'ਚ ਅੱਜ ਪਤਾ ਲੱਗਦਾ ਕਿ ਜਿਹੜੇ ਬੱਚੇ ਵਜ਼ੀਫੇ ਪਰ ਇੱਥੋਂ ਉਹ ਖਤਰੇ 'ਚ ਅੱਜ ਪਤਾ ਲੱਗਦਾ ਕਿ ਇੱਥੇ ਡੋਮੀਸਾਈਲ ਦੇ ਨਾਮ ਪਰ ਕਿੰਨੇ ਲੋਕਾਂ ਦਾ ਨਾਮ ਦਰਜ ਹੋਈ ਹੈ ਰਿਆਸਤ 'ਚ ਮਹਾਰਾਜਾ ਹਰੀ ਸਿੰਘ ਸਾਹਿਬ ਨੇ ਜੇ ਤਾਂ ਸਟੇਟ ਸਬਜੈਕਟ ਲਾਇਆ 1923 'ਚ ਉਹ ਕੋਈ ਬੇਵਕੂਫ ਨਹੀਂ ਤੇ ਉਹਦੀ ਸਮਝ ਹੀ ਉਹਦੀ ਸੋਚ ਹੀ ਉਹ ਅੱਗੇ ਦਿਲ ਗਏ ਕਿ ਮੇਰੀ ਰਿਆਸਤ ਦੇ ਜਿਹੜੇ ਬੱਚੇ ਨੇ ਉਹਨੇ ਰੁਜ਼ਗਾਰ ਮਿਲੇ ਉਹਨੇ ਕੋਈ ਕੰਮ ਕਾਜ ਮਿਲੇ ਐਸਾ ਨਹੀਂ ਹੋਏ ਕਿ 12 ਲੋਕ ਹਨ ਕੰਮ ਕਾਜ ਵੀ ਲਈ ਆਉਣ ਨੌਕਰੀ ਵੀ ਲਈ ਆਉਣ ਸਾਡੇ ਬੱਚੇ ਪਰੇਸ਼ਾਨੀ ਦਾ ਹੱਲ ਹੋ ਜਾ ਅੱਜ ਉਹ ਹੋਈ ਹੈ 370 ਘਟਾਉਣੇ ਕਰਨੇ 12 ਲੋਕ ਨੌਕਰੀਆਂ ਕਰਨ ਵਾਲੇ ਔਰ ਇਹਦੇ ਕਹਿੰਦੇ ਕਰਨੇ ਜਿਹੜਾ ਵਪਾਰ ਹੈ ਉਹ ਸਾਰਾ ਭਾਰਤ ਦੇ ਲੋਕ ਕੋਈ ਇੱਥੇ ਐਸਾ ਆਦਮੀ ਨਹੀਂ ਜਿਹੜਾ ਜੰਮੂ ਕਸ਼ਮੀਰ ਦਾ ਕਰਾ ਦਵਾਈ ਇਹ ਬਿਜਲੀ ਰੇਟ ਕੱਢਣ ਦੀ ਗੱਲ ਹੈ ਗਰੀਬ ਆਦਮੀ ਦਾ ਟਰੈਕਟਰ ਪਕੜਿਆ 1 ਲੱਖ ਰੁਪਏ ਕੱਢ ਜੁੜਦਾ ਫਿਰ ਬਾਹਰ ਦੇ ਲੋਕਾਂ ਨੇ ਇੱਥੇ ਰਾਜਦੀਆਂ ਲੈ ਇਹ ਟੋਲ ਦੀ ਗੱਲ ਹੈ ਬਾਹਰ ਦੇ ਲੋਕਾਂ ਨੇ ਟੋਲ ਸਾਡੇ ਕੋਲ ਲੈ ਯਾਨੀ ਸਾਡੇ ਕੋਲ ਪੈਸਾ ਬੋਝਿਆ ਕੱਢਣਾ ਨਹੀਂ ਇਹ ਬੀਜੇਪੀ ਦੀ ਬੜੀ ਕੋਸ਼ਿਸ਼ ਹੈ ਪਰ ਬੀਜੇਪੀ ਨੇ ਕੀਤਾ ਕਰਾਇਆ ਕੁਛ ਨਹੀਂ ਉਹਨੇ 2 ਗੱਲਾਂ ਜਿਹੜੇ ਤੁਸੀਂ ਆਖਿਆ ਅਸੀਂ ਨੌਕਰੀਆਂ ਦੇ ਵਿੱਚ ਆਖਦੇ ਉਹਨਾਂ ਉਹ ਦੇਸ਼ ਕਰਨ ਵਿੱਚ ਜਿਹੜੇ ਤੁਸੀਂ ਆਖਿਆ ਕਿ ਮਹਿੰਗਾਈ ਬੜੀ ਆ ਉਹਨਾਂ ਨੇ ਇਹ ਨਹੀਂ ਆਖਣਾ ਕਿ ਦੁਧਰਮ ਕਰਨ ਵਿੱਚ ਮੈਂ ਸੱਚੀ ਗੱਲ ਆਖਣਾ ਚਾਹੁੰਦਾ ਤੁਸੀਂ ਵੀ ਇਸ ਗੱਲ ਮੰਨਦੇ ਹੋ ਕਿ ਹਿੰਦੂ ਧਰਮ ਕਿੰਨਾ ਵਿਸ਼ਾਲ ਹੈ ਕਿੰਨਾ ਵੱਡਾ ਹਿੰਦੂ ਧਰਮ ਦੀਆਂ ਜੜ੍ਹਾਂ ਪਾਲ ਚ ਕਿਆ ਹਿੰਦੂ ਧਰਮ ਖਤਰੇ 'ਚ ਹੋ ਸਕਦਾ ਬੋਲੋ ਹੋ ਸਕਦਾ ਮਗਰ ਇਹ ਜਿਹੜੇ ਆਖਦੇ ਕਿ ਹਿੰਦੂ ਧਰਮ ਖਤਰਾ ਫਿਰ ਇਹਦਾ ਕਿੰਨਾ ਹੁੰਦਾ ਕਿ ਤੁਸੀਂ ਇਹ ਗੱਲ ਨਹੀਂ ਮੰਨੀ ਪੈਸਾ ਲੱਗਦਾ ਜੀ ਬੜਾ ਵੱਡਾ ਅੱਜ ਦੇ ਕਦਮ 'ਚ
ਸਾਡਾ ਦੇਸ਼ ਕਰ ਰਿਹਾ। ਹਿੰਦੁਸਤਾਨ ਬਹੁਤ ਬੜਾ ਮੁਲਕ ਹੈ, ਮਹਾਨ ਦੇਸ਼ ਹੈ। ਅੱਜ ਤੇ ਬੜੇ ਸੌਭਾਗਿਸ਼ਾਲੀ ਹੈ ਕਿ ਮਹਾਨ ਦੇਸ਼ ਦੇ ਵਾਸੀ ਸਾਡਾ ਦੇਸ਼ ਉਹ ਸ਼ਰਧਾ ਖਤਰੇ ਚ। ਸਾਡਾ ਦੇਸ਼ ਵੀ ਜਿਹੜਾ ਖਤਰਾ ਉਹ ਅੰਦਰ ਦਾ ਖਤਰਾ ਜ਼ਿਆਦਾ ਹੋ ਜਾਂਦਾ, ਕਿਉਂਕਿ ਇੱਥੇ ਕੋਸ਼ਿਸ਼ ਚੱਲਦੀ ਰਹੀ ਕਿ ਵੋਟ ਲੈਣ ਲਈ, ਵੋਟ ਪੋਲੀਟਿਸ਼ਨ ਲਈ ਲੋਕ ਧਰਮ ਦੇ ਨਾਂ ਪਰ ਵੰਡਿਆ ਜਾ, ਲੋਕਾਂ 'ਚ ਜ਼ਹਿਰ ਭਰਿਆ ਜਾ, ਆਪੂ ਜੇ ਲੜਨ ਪੜਨ ਸਾਰੇ ਨੌਕਰੀਆਂ ਨਹੀਂ ਮੰਗਣ, ਮਹਿੰਗਾਈ ਦੀ ਗੱਲ ਨਹੀਂ ਕਰਨ, ਲੜੀ ਲੜੀ ਤਰਜੀਆਂ ਇਸ ਕਿਸਮ ਦੇ ਸਿਆਸਤ। ਮੈਂ ਸਮਝਦਾ ਕਿ ਅਸੀਂ ਇਹ ਦੇਖਣਾ ਚਾਹੀਦਾ ਕਿ ਕਿਆ ਪਿਛਲੇ 10 ਸਾਲ 'ਚ ਉਹਨੇ ਜਿੰਨੇ ਵਾਅਦੇ ਕੀਤੇ ਕਿਆ ਪੂਰੇ ਕੀਤੇ। ਤੁਸੀਂ ਆਪਣੀ ਜਗ੍ਹਾ ਸੋਚ ਲਓ, ਅਗਰ ਤੁਸੀਂ ਲੱਗਦਾ ਕਿ ਉਹਨੇ ਵਾਅਦੇ ਪੂਰੇ ਕੀਤੇ ਤਾਂ ਫਿਰ ਉਹਨੇ ਹੀ ਬੋਲ ਦਿਓ। ਅਗਰ ਉਹਨੇ ਤੁਹਾਡੇ ਨਾਲ ਝੂਠ ਬੋਲਿਆ ਫਿਰ ਉਹਨੇ ਦੱਸਣਾ ਝੂਠ ਬੋਲਣਾ ਕੀ ਹੁੰਦਾ। ਉਹਨੇ ਪਹਿਲੇ ਆਖਿਆ ਤੁਸੀਂ ਅਸ ਨੌਕਰੀਆਂ ਦੇ ਕੇ ਆਪਣੇ 2 ਕਰੋੜ ਨੌਕਰੀਆਂ 8 ਸਾਲ ਦੇ ਕੇ 10 ਸਾਲ ਹੋਈਆਂ ਨੇ, 20 ਕਰੋੜ ਨੌਕਰੀਆਂ ਹੋਈਆਂ 10 ਸਾਲ 'ਚ। ਔਰ ਜਿੰਨੇ ਇੱਥੇ ਨੌਜਵਾਨ ਨਾ, ਨੌਜਵਾਨ ਕੇ ਸਿਆਣੇ ਵੀ ਜਿਹੜੇ ਉਹ ਵੀ ਨੌਕਰ ਹੋ ਜਾਂਦੇ, 20 ਕਰੋੜ ਥੋੜ੍ਹੀਆਂ ਨਹੀਂ ਹੁੰਦੀਆਂ। ਫਿਰ ਆਖਿਆ ਕਿ ਤੁਸੀਂ 15-15 ਲੱਖ ਰੁਪਇਆ ਕਾਲਾ ਧਨ ਲਿਆਉਣਾ, 15-15 ਲੱਖ ਰੁਪਇਆ ਦੇਣਾ। ਲੋਕ ਦਰਾਂ ਦਰ ਦੌੜੇ ਦੇ ਅਕਾਊਂਟ ਖਿਲਾਉਣੇ,